ਸਤਿ ਸ਼੍ਰੀ ਅਕਾਲ। ਖਦਰਾਣਾ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਅਸੀਂ ਇਸ ਵਕਤ ਬਠਿੰਡਾ ਦੇ ਭਗਤਾ ਭਾਈਕਾ ਦੇ ਵਿੱਚ ਮੌਜੂਦ ਹੈ। ਇੱਥੇ ਨੌਜਵਾਨ ਮਨਕੀਰਤ ਸਿੰਘ ਜੋ ਕਿ ਗੁਰਸਿੱਖ ਨੌਜਵਾਨ ਨੇ, ਉਹਨਾਂ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੱਥ ਲਿਖਤ ਰੱਖ ਰਹੇ ਨੇ ਪੁਰਾਤਨ ਸਮੇਂ ਦੇ ਅਨੁਸਾਰ, ਅਤੇ ਖਾਸ ਗੱਲ ਇਹ ਹੈ ਕਿ ਉਸ ਵਿੱਚ ਉਹ ਸੋਨੇ ਦੀ ਸਿਆਹੀ ਯੂਜ਼ ਕਰ ਰਹੇ ਨੇ। ਸਾਡੇ ਨਾਲ ਹੈ ਮਨਕੀਰਤ ਸਿੰਘ, ਗੱਲਬਾਤ ਕਰਦੇ ਹਾਂ ਬਾਈ ਜੀ, ਸਵਾਗਤ ਹੈ ਪਹਿਲਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ, ਤੁਸੀਂ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਪੁਰਾਤਨ ਸਮਿਆਂ ਦੇ ਅਨੁਸਾਰ ਲਿਖ ਰਹੇ ਹੋ, ਇਹ ਕਿੱਥੋਂ ਆਈਡੀਆ ਕਿੱਥੋਂ ਆਉਂਦਾ ਸ਼ੁਰੂਆਤ? ਇਹ ਇੱਕ ਤਾਂ ਮੈਂ ਪਹਿਲਾਂ ਤਾਂ ਚਲੋ ਆਪਾਂ ਨੂੰ ਕੋਈ ਕੋਈ ਸੱਜਣ ਕੋਈ ਜਾਂ ਪਿਆਰੀ ਇੱਦਾਂ ਦੇ ਮਿਲ ਜਾਂਦੇ ਆ ਜਿਹੜੇ ਸਾਨੂੰ ਪ੍ਰੇਰਨਾ ਦਿੰਦੇ ਆ, ਅਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਨੂੰ ਪਿਆਰਾ ਹੀ ਕੋਈ ਇੱਦਾਂ ਦਾ ਮਿਲਿਆ ਅਤੇ ਜਿਹਨੇ ਮੈਨੂੰ ਇਹ ਪ੍ਰੇਰਨਾ ਦਿੱਤੀ। ਅਤੇ ਦੂਸਰਾ ਇਹ ਸੀਗਾ ਵੀ ਕਾਰਨ ਇਹ ਵੀ ਹੈ ਵੀ ਅਸੀਂ ਸੰਗਤ ਦੇ ਵਿੱਚ ਇੱਕ ਸੁਨੇਹਾ ਦੇਣਾ ਚਾਹੁੰਦੇ ਹਾਂ ਵੀ ਗੁਰੂ ਸਾਹਿਬ ਦੀ ਸੇਵਾ ਅਸੀਂ ਦਿਲੋਂ ਕਰੀਏ, ਤਾਂ ਆਪਾਂ ਇਸ ਤਰ੍ਹਾਂ ਜੇ ਲਾ ਕੇ ਘਰਾਂ ਘਰਾਂ ਦੇ ਵਿੱਚ ਇੱਦਾਂ ਸੇਵਾ ਕਰੀਏ ਗੁਰੂ ਸਾਹਿਬ ਦੀ, ਤਾਂ ਇਹ ਬਹੁਤ ਵੱਡਾ ਉਪਰਾਲਾ ਹੋ ਸਕਦਾ ਹੈ। ਅੱਛਾ, ਕਦੋਂ ਸ਼ੁਰੂਆਤ ਕੀਤੀ ਸੀਗੀ ਇਸ ਤਰ੍ਹਾਂ ਲਿਖਣ ਦੀ? ਇਹ ਲਿਖਣਾ ਅਸੀਂ ਗੁਰਪੁਰਬ 'ਤੇ ਸ਼ੁਰੂ ਕੀਤਾ ਜਦੋਂ 550 ਸਾਲਾਂ ਮਨਾ ਰਹੇ ਸੀਗੇ। ਅਸੀਂ ਸੋਚਦੇ ਸੀ ਵੀ ਗੁਰੂ ਨਾਨਕ ਸਾਹਿਬ ਨੂੰ ਇੱਕ ਤੋਹਫ਼ਾ ਦਿੱਤਾ ਜਾਵੇ ਗੁਰਬਾਣੀ ਦਾ, ਜੋ ਪੁਰਾਤਨ ਢੰਗ ਨਾਲ ਲਿਖਣੀ ਜਾਣੀ ਲਿਖੀ ਜਾਵੇ ਜੀ। ਕਿੰਨਾ ਕੁ ਖਰਚਾ ਆ ਜਾਏਗਾ ਜਿਹੜੀ ਸੋਨੇ ਦੀ ਸਿਆਹੀ 'ਤੇ ਜਿਹੜੀ ਆਪਾਂ ਦੇਖ ਰਹੇ ਹਾਂ, ਇਹ ਕਿਵੇਂ ਯੂਜੇਜ ਹੁੰਦੀ ਆ, ਸੋਨੇ ਦੀ ਸਿਆਹੀ ਕਿਵੇਂ ਨਿਕਲਦੀ ਆ? ਕਾਫੀ ਲੋਕ ਸਵਾਲ ਕਰਦੇ ਆ ਵੀ ਸੋਨੇ ਦੀ ਸਹਾਈ ਆ ਜਿਹੜੀ ਇਹ ਇਸ ਤਰ੍ਹਾਂ ਨਹੀਂ ਬਣ ਸਕਦੀ, ਕਿਵੇਂ ਸ਼ੁਰੂਆਤ ਤੋਂ ਥੋੜ੍ਹਾ ਜਿਹਾ ਦੱਸ ਸਕਦੇ ਕਿਵੇਂ ਬਣਦੇ? ਵੀਰ ਜੀ ਦੇਖੋ, ਇੱਕ ਤਾਂ ਪਹਿਲਾਂ ਸੰਗਤ ਦੇ ਵਿੱਚ ਭੁਲੇਖਾ ਵੀ ਕਹਿੰਦੇ ਸੋਨੇ ਦੀ ਸ਼ਾਹੀ ਬਣ ਨਹੀਂ ਸਕਦੀ। ਕੋਈ ਮੈਂ ਆਪਦੇ ਕੋਲੋਂ ਫਾਰਮੂਲਾ ਨਹੀਂ ਯੂਜ਼ ਕੀਤਾ, ਇਹ ਭਾਈ ਸਾਹਿਬ ਸਿੰਘ ਜੀ ਦੇ ਗ੍ਰੰਥ ਦੇ ਵਿੱਚ ਸ਼ਾਹੀ ਬਣਾਉਣ ਦੇ ਫਾਰਮੂਲੇ, ਜਦੋਂ ਸ਼ਾਹੀ ਬਣਦੀ ਪੁਰਾਤਨ ਢੰਗ ਨਾਲ ਇੱਦਾਂ ਸੀਗੀ। ਮੈਂ ਤਾਂ ਇੱਕ ਕੋਸ਼ਿਸ਼ ਕੀਤੀ ਹੈ ਵੀ ਮੈਂ ਪੁਰਾਤਨ ਢੰਗ ਨਾਲ ਸ਼ਾਹੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਹਨੂੰ ਮਤਲਬ ਰਗੜਨਾ ਪੈਂਦਾ ਜੀ 20 ਦਿਨ, ਸੋਨਾ ਲਾ ਕੇ ਵਿੱਚ, ਇਹਦੇ ਵਿੱਚ ਸੋਨਾ ਲਾ ਕੇ ਅਤੇ ਇਹਨੂੰ ਰਗੜਨਾ ਪੈਂਦਾ, ਉਹਨਾਂ ਹੀ ਇਹ ਘੋਟਣਾ ਜਿਹਨੂੰ ਕਹਿੰਦੇ ਘੋਟਾ ਜਿਹਾ ਕਹਿ ਦਿੰਦੇ ਹਾਂ ਜਾਂ ਰਗੜਾ ਕਹਿ ਦਿੰਦੇ, ਇਹਨੂੰ ਲਾਉਣਾ ਪੈਂਦਾ ਅਤੇ ਫਿਰ ਇਹਨੂੰ ਕੱਸ ਜਾਂਦਾ, ਇਹ ਲੱਕੜ ਵੀ ਕੱਸਦੀ ਹੈ ਵਿੱਚ ਮਿਲਦੀ ਹੈ ਅਤੇ ਸੋਨਾ ਵੀ ਕੱਸ ਜਾਂਦਾ। ਕਿੰਨੇ ਅੰਗ ਲਿਖ ਚੁੱਕੇ ਹੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਤੁਸੀਂ ਸੋਨੇ ਸਿਆਹੀ ਨਾਲ? ਹਾਲੇ ਤਾਂ ਹੀ 14 ਅੰਗ ਲਿਖ ਚੁੱਕੇ ਹਾਂ, ਸ਼੍ਰੀ ਰਾਗ ਸ਼ੁਰੂ ਕਰਨ ਲੱਗੇ ਹਾਂ ਜੀ। ਅੱਛਾ, ਸੰਪੂਰਨ ਜਪਜੀ ਸਾਹਿਬ ਦੀ ਬਾਣੀ ਸੰਪੂਰਨ ਹੋ ਚੁੱਕੀ ਹੈ ਅਤੇ ਚਲੋ ਹੁਣ ਅਗਲਾ ਸ਼੍ਰੀ ਰਾਗ ਸ਼ੁਰੂ ਆਰੰਭ ਕਰਨ ਲੱਗੇ ਹਾਂ। ਆਪਾਂ ਗੱਲਬਾਤ ਕਰ ਰਹੇ ਸੀ, ਤੁਸੀਂ ਪਿੱਛੇ ਵਜੋਂ ਮਿਊਜ਼ਿਕ ਦੇ ਅਧਿਆਪਕ ਹੋ, ਇੱਕ ਸਕੂਲ ਵਿੱਚ ਪੜ੍ਹਾ ਰਹੇ ਹੋ, ਅਤੇ ਫਿਰ ਕੌਣ ਜੋੜਦਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਵੀ ਇਸ ਤਰ੍ਹਾਂ ਵੀ ਲਿਖੋ? ਬਹੁਤ ਵਧੀਆ ਲੋਕਾਂ ਦਾ ਉਪਰਾਲਾ, ਨੌਜਵਾਨ ਪੀੜ੍ਹੀ ਤੁਹਾਡੇ ਨਾਲ ਜੁੜ ਰਹੀ ਹੈ ਕਾਫੀ, ਕਿਵੇਂ ਕੌਣ ਪ੍ਰੇਰਿਤ ਕੌਣ ਕਰਦਾ? ਖਾਸ ਤੌਰ 'ਤੇ ਮੈਂ ਸਵਾਲ ਤਾਂ ਕਰ ਰਿਹਾ ਕਿਉਂਕਿ ਹੋਰ ਨੌਜਵਾਨ ਆ ਜਿਹੜੇ ਸਾਡੇ ਯੂਜ਼ਰ ਨੇ, ਸਾਡੇ ਜਿਹੜੇ ਸਬਸਕ੍ਰਾਈਬਰ ਨੇ, ਵੀਡੀਓ ਦੇਖ ਰਹੇ ਨੇ, ਉਹਨਾਂ ਨੂੰ ਵੀ ਥੋੜ੍ਹੀ ਪ੍ਰੇਰਨਾ ਮਿਲੂਗੀ ਇਸ ਤਰ੍ਹਾਂ? ਇਹ ਪ੍ਰਭਾਵਿਤ ਹੋਣ ਦੀ ਤਾਂ ਗੱਲ ਇਹ ਹੈ ਵੀ ਪ੍ਰੇਰਨਾ ਦੇਣ ਦੀ ਗੱਲ ਇਹ ਹੈ ਵੀ ਸਾਨੂੰ ਅਸੀਂ ਵਿਪਰੀਤ ਤੋਂ ਪ੍ਰਭਾਵਿਤ ਹੁੰਦੇ ਹੈ ਨਾ। ਸਾਡੇ ਆਏ ਹਾਂ ਵੀ ਬਹੁਤ ਸਾਰੇ ਅਧਿਆਪਕਾਂ ਨੇ ਵੀ ਮੈਨੂੰ ਪ੍ਰੇਰਿਤ ਕੀਤਾ, ਸਾਡੇ ਮਤਲਬ ਜਿੰਨੇ ਵੀ ਮੇਰੇ ਪਰਿਵਾਰਕ ਮੈਂਬਰਾਂ ਨੇ ਵੀ ਪ੍ਰੇਰਿਤ ਕੀਤਾ, ਖਾਸ ਤੌਰ 'ਤੇ ਮੇਰੀ ਮਾਤਾ ਜੀ ਮੇਰੇ ਬੜੇ ਸਹਾਇਤਾ ਕਰਦੇ ਨੇ। ਅਤੇ ਚਲੋ ਵੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਲੋਕ ਇੱਦਾਂ ਪ੍ਰੇਰਨਾ ਦੇਣ ਵਾਲੇ ਹੁੰਦੇ ਆ, ਅਤੇ ਪਰ ਮੈਂ ਮਤਲਬ ਇਹ ਸਾਰੀ ਸਿਕਸ਼ਾ ਲੈਣ ਦੇ ਪਿੱਛੇ ਜਦੋਂ ਮੈਂ ਸਿਕਸ਼ਾ ਲਿੱਤੀ, ਡਾਕਟਰ ਅਮਰੀਕ ਸਿੰਘ ਜੀ ਦਾ ਬਹੁਤ ਵੱਡਾ ਹੱਥ ਹੈ, ਉਹਨਾਂ ਨੇ ਮੈਨੂੰ ਇਸ ਗੱਲ ਦੇ ਵਿੱਚ ਪ੍ਰੇਰਿਆ। ਅਤੇ ਨਾਲ ਜਿਨ੍ਹਾਂ ਨੂੰ ਮੈਂ ਆਪਣੇ ਮਤਲਬ ਜੀਵਨ ਸੰਗਨੀ ਦੇ ਤੌਰ 'ਤੇ ਚੁਣਨਾ, ਉਹਨਾਂ ਦਾ ਬਹੁਤ ਸਹਾਇਤਾ ਮਤਲਬ ਵੱਡੇ ਤੌਰ 'ਤੇ ਤਾਂ ਜੀ। ਕਿੰਨਾ ਸਮਾਂ ਦਿੰਦੇ ਹੋ ਫਿਰ ਰੋਜ਼ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਲਿਖਤ ਲਿਖ ਰਹੇ ਹੋ ਤੁਸੀਂ ਉਹਨੂੰ? ਇਹ ਮੈਂ ਤਕਰੀਬਨ 9 ਵਜੇ ਇੱਥੇ ਸਕੂਲ ਦੇ ਵਿੱਚ ਆਉਂਦਾ ਗਾ ਅਤੇ 3 ਵਜੇ ਛੁੱਟੀ ਹੁੰਦੀ ਹੈ, ਅਤੇ ਤਕਰੀਬਨ 6 ਘੰਟੇ ਰੋਜ਼ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦੇ ਹਾਂ ਜੀ। ਮੈਂ ਦਰਸ਼ਕਾਂ ਨੂੰ ਇੱਕ ਵਾਰ ਦਿਖਾ ਦੇਣਾ ਚਾਹਾਂਗਾ ਕਿ ਇਸ ਸਾਈਡ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਲਿਖਤ ਲਿਖੀ ਜਾ ਰਹੀ ਹੈ, ਪੂਰਾ
ਸੁੱਚਮ ਰੱਖੀ ਗਈ ਆ, ਪੂਰੇ ਗੁਰੂ ਮਰਿਆਦਾ ਦੇ ਅਨੁਸਾਰ ਲਿਖਿਆ ਜਾ ਰਿਹਾ। ਕੋਈ ਵੀ ਇਸ ਕਮਰੇ ਦੇ ਵਿੱਚ ਜਿਹੜਾ ਆਉਣ ਤੋਂ ਪਹਿਲਾਂ ਉਹਨਾਂ ਨੂੰ ਪੂਰਾ ਦੱਸਿਆ ਜਾਂਦਾ। ਇਸ ਤਰ੍ਹਾਂ ਕਿ ਸਕੂਲ ਦੇ ਵਿੱਚ ਬੈਠਿਆ ਸੀ ਇੱਕ, ਅਤੇ ਉਸ ਸਕੂਲ ਦੇ ਵਿੱਚ ਪੂਰੀ ਸੁੱਚਮ ਰੱਖੀ ਗਈ, ਇੱਕ ਕਮਰਾ ਬਣਾਇਆ ਹੋਇਆ ਖਾਸ ਉਸ ਦੇ ਵਿੱਚ, ਜਿਹੜਾ ਬਈ ਜਦੋਂ ਤੁਸੀਂ ਅੰਗ ਪੂਰਾ ਕਰ ਲੈਂਦੇ ਹੋ ਫਿਰ ਉਹਨੂੰ ਕਿਸੇ ਕਿੱਥੇ ਰੱਖ ਦਿਓ ਹੈਗੇ ਆ? ਜਦੋਂ ਅੰਗ ਸੰਪੂਰਨ ਹੋ ਜਾਂਦਾ ਹੈ ਉਹਨੂੰ ਆਪਾਂ ਟਰੰਕ ਬਣਾਇਆ ਸਪੈਸ਼ਲ, ਉਹਦੇ ਵਿੱਚ ਪੱਤਰੇ ਉਹਦੇ ਰੁਮਾਲੇ ਲਗਾਏ ਗਏ ਹੈਗੇ, ਉੱਪਰ ਵੀ ਰੁਮਾਲਾ ਲਾਇਆ, ਚੰਦੋਆ ਵੀ ਲਾਇਆ ਗਿਆ, ਸਾਰਾ ਕੁਛ ਉਹਦੇ ਵਿੱਚ ਰੱਖ ਦਿੰਦੇ ਹਾਂ ਤਾਂ ਕਿ ਜੋ ਇਹਨੂੰ ਕੋਈ ਹਾਨੀ ਨਾ ਪਹੁੰਚੇ। ਉਹਨੂੰ ਲੌਕ ਵੀ ਲੱਗਦਾ ਹੈ, ਬਕਾਇਦਾ ਸੀਸੀਟੀਵੀ ਕੈਮਰੇ ਲੱਗੇ ਆ ਜਿਹੜੇ ਕਮਰੇ ਦੇ ਵਿੱਚ ਅਸੀਂ ਰੱਖਿਆ, ਲੌਕ ਲੱਗਿਆ। ਸਾਡੇ ਗਾਰਡ ਹੁੰਦਾ ਸਕੂਲ ਦਾ, ਮਤਲਬ ਜਿਹੜੇ ਸਕੂਲ ਦੇ ਵਿੱਚ ਮੈਂ ਪੜ੍ਹਾ ਰਿਹਾ ਉੱਥੇ ਗਾਰਡ ਵੀ, ਸਾਰਾ ਕੁਛ ਸੁਰੱਖਿਆ ਦੇ ਵਿੱਚ ਰੱਖਿਆ ਗਿਆ ਵੀ ਕੋਈ ਕਿਸੇ ਤਰ੍ਹਾਂ ਦੀ ਹਾਨੀ ਨਾ ਪਹੁੰਚੇ ਗੁਰੂ ਸਾਹਿਬ ਦੇ ਅੰਗਾਂ ਨੂੰ। ਅੱਛਾ, ਤੁਸੀਂ ਦੱਸ ਰਹੇ ਸੀ ਵੀ ਇਹ ਪੁਰਾਤਨ ਸਮੇਂ ਦੇ ਅਨੁਸਾਰ ਲਿਖਿਆ ਜਾ ਰਿਹਾ, ਉਹ ਪੁਰਾਤਨ ਸਮੇਂ ਵਾਲੇ ਅਤੇ ਹੁਣ ਵਾਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਕੀ ਫਰਕ ਹੈ? ਕੋਈ ਪੁਰਾਤਨ ਸਮੇਂ ਦੇ ਅਨੁਸਾਰ ਹੀ ਹੈ ਵੀ ਪਹਿਲਾਂ ਤਾਂ ਇੱਕ ਆਪਣੇ ਹੁਣ ਪਦਛੇਦ ਹੁੰਦੇ ਆ ਜਿੰਨੇ ਵੀ ਸਰੂਪ ਹੁੰਦੇ ਨੇ ਵੀ ਉਹਨਾਂ ਦੇ ਵਿੱਚ ਗੈਪ ਹੁੰਦਾ, ਇਹ ਲੜੀਵਾਰ ਸਰੂਪ ਹੈ, ਸਾਰੇ ਅੰਗ ਸਾਰੇ ਅੱਖਰ ਆਪਸ ਵਿੱਚ ਦੀ ਜੁੜੇ ਹੁੰਦੇ ਨੇ, ਕੋਈ ਸਪੇਸ ਹੈ ਨਹੀਂ। ਹਾਂਜੀ, ਸਪੇਸ ਹੈ ਨਹੀਂ। ਅਤੇ ਦੂਸਰਾ ਜਿਹੜੀ ਕੈਲੀਗ੍ਰਾਫੀ ਰਾਈਟਿੰਗ ਹੈ, ਇੱਦਾਂ ਪੁੱਛਾਂ ਜੀ ਛੱਡ ਛੱਡ ਕੇ ਪੰਜਾਬੀ ਭਾਸ਼ਾ ਦੇ ਵਿੱਚ ਕਹਿ ਦਈਏ, ਕੈਲੀਗ੍ਰਾਫੀ ਰਾਈਟਿੰਗ ਉਹ ਇੱਦਾਂ ਪੁਰਾਤਨ ਸਮੇਂ ਦੇ ਵਿੱਚ ਲਿਖੀ ਜਾਂਦੀ ਹੁੰਦੀ ਸੀਗੀ ਗੁਰੂ ਸਾਹਿਬ ਦੇ ਟਾਈਮ ਦੇ ਵੇਲੇ, ਅਤੇ ਉਹ ਲਿਖਾਈ ਵੀ ਅਸੀਂ ਉਹ ਵਰਤ ਰਹੇ ਹਾਂ, ਅਤੇ ਦੂਸਰਾ ਸ਼ਾਹੀ ਵੀ ਪੁਰਾਤਨ ਵਰਤ ਰਹੇ ਹਾਂ। ਅਤੇ ਮੈਂ ਕੋਸ਼ਿਸ਼ ਕਰ ਰਿਹਾ ਵੀ ਜਿਹੜਾ ਆਹ ਜਿਹੜਾ ਨਾਲ ਨਾਲ ਲਿਖਣ ਵਾਲਾ ਸਰੂਪ ਹੈ ਵੀ ਜਿਹਨੂੰ ਆਪਾਂ ਲੜੀਵਾਰ ਸਰੂਪ ਕਹਿ ਦਿੰਦੇ ਹਾਂ ਵੀ ਇਸ ਤਰ੍ਹਾਂ ਲਿਖਿਆ ਜਾਵੇ ਵੀ ਤਾਂ ਜੋ ਹਰੇਕ ਵਿਦਵਾਨ ਪੈਦਾ ਹੋਣ, ਕਿਉਂਕਿ ਆਮ ਖਾਸ ਬੰਦਾ ਇਸ ਰੂਪ ਨੂੰ ਪੜ੍ਹ ਵੀ ਨਹੀਂ ਸਕਦਾ। ਆਮ ਪਾਤਸ਼ਾਹ ਤਾਂ ਆਪਾਂ ਪੜ੍ਹ ਹੀ ਲੈਂਦੇ ਹਾਂ, ਅਤੇ ਆਮ ਮਤਲਬ ਜਿਹੜਾ ਬਹੁਤ ਵਧੀਆ ਜਿਹਨੇ ਬਾਣੀ ਯਾਦ ਆ, ਕੰਠ ਹੈ, ਜਿਨ੍ਹਾਂ ਨੇ ਪੜ੍ਹੀ ਬਾਣੀ, ਉਹੀ ਇਸ ਰੂਪ ਨੂੰ ਪੜ੍ਹ ਸਕਦੇ। ਪੁਰਾਤਨ ਢੰਗ ਨਾਲ ਲਿਖਣ ਦਾ ਕਾਰਨ ਇਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੁਸੀਂ ਦੱਸਿਆ ਸੀਗਾ ਵੀ ਲਿਖਣ ਤੋਂ ਪਹਿਲਾਂ ਮੈਂ ਸ਼ੁਰੂਆਤ ਕਰ ਰਿਹਾ, ਉਹਨਾਂ ਨੇ ਤੁਹਾਨੂੰ ਇਜਾਜ਼ਤ ਦਿੱਤੀ ਕਿ ਆਪਾਂ ਸ਼੍ਰੋਮਣੀ ਕਮੇਟੀ ਤੋਂ ਅਕਾਲ ਤਖਤ ਤੋਂ ਆਗਿਆ ਲਿੱਤੀ ਹੈ, ਗਿਆਨੀ ਹਰਪ੍ਰੀਤ ਸਿੰਘ ਜੀ ਤੋਂ ਉਹਨਾਂ ਨੂੰ ਕਿਹਾ ਸਪੈਸ਼ਲ ਵੀ ਅਸੀਂ ਰਾਬਤਾ ਕਰ ਲੱਗੇ ਹਾਂ, ਐਪਲੀਕੇਸ਼ਨ ਦਿੱਤੀ ਉਹਨਾਂ ਨੂੰ ਲਿਖ ਕੇ, ਉਹ ਤਾਂ ਪਿਛਲੇ 1.5 ਸਾਲ ਪਹਿਲਾਂ ਦਿੱਤੀ ਸੀ ਐਪਲੀਕੇਸ਼ਨ, ਹੁਣ ਜਾ ਕੇ ਉਹਦੀ ਮਨਜ਼ੂਰੀ ਆਈ ਹੈ, ਮਨਜ਼ੂਰੀ ਆ ਕੇ ਫਿਰ ਮੈਂ ਹੁਣ ਆਰੰਭ ਦਾ ਕਰਤ ਕੀਤੀ ਹੈ ਲਿਖਣ। ਜਦੋਂ ਤਾਂ ਹੀ ਚਿੱਠੀ ਨਹੀਂ ਆਈ, ਉਹਨਾਂ ਨੇ ਮਨਜ਼ੂਰੀ ਨਹੀਂ ਦਿੱਤੀ, ਉਹਨਾਂ ਨੇ ਕਿਹਾ ਨਹੀਂ ਵੀ ਤੁਸੀਂ ਲਿਖਣਾ ਆਰੰਭ ਕਰ ਦਿਉ, ਉਦੋਂ ਤੱਕ ਅਸੀਂ ਲਿਖਣਾ ਆਰੰਭ ਨਹੀਂ ਕੀਤਾ ਕਿਉਂਕਿ ਇਹ ਬੇਅਦਬੀ ਤੋਂ ਬਾਅਦ ਜ਼ਰੂਰੀ ਕਰ ਦਿੱਤਾ ਗਿਆ ਸੀ। ਅਤੇ ਕੀ ਸੁੱਚਮ ਰੱਖਣੀ ਪੈਂਦੀ ਹੈ ਹੋਰ? ਕਿਉਂਕਿ ਤੁਸੀਂ ਕੋਈ ਵੀ ਇੱਕ ਅੱਖਰ ਵੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਲਿਖਤ ਦਾ ਗਲਤ ਹੋ ਜਾਏ ਤਾਂ ਉਹ ਕਾਫੀ ਨੁਕਸਾਨਦਾਇਕ ਹੁੰਦਾ, ਕਿਉਂਕਿ ਬਹੁਤ ਲੋਕਾਂ ਤੱਕ ਜਾਣਾ ਹੁੰਦਾ ਗਾ। ਤੁਸੀਂ ਫਿਰ ਕਿਵੇਂ ਦੇਖਦੇ ਹੋ ਹੈਗੇ ਉਹ ਸਾਰੇ ਐਡਜਸਟਮੈਂਟ ਕਿੱਦਾਂ ਕਰਦੇ? ਦੇਖੋ ਜੀ, ਪਹਿਲੀ ਗੱਲ ਤਾਂ ਸਾਡੇ ਸਕੂਲ ਦੇ ਗਾਰਡਨ ਪਬਲਿਕ ਸਕੂਲ ਦੇ ਬੱਚੇ ਬਹੁਤ ਸਹਾਇਤਾ ਕਰਦੇ ਆ, ਮੇਰੇ ਕੋਲ ਆ ਜਾਂਦੇ ਆ ਜਦੋਂ ਉਹਨਾਂ ਦੀ ਰਿਸੈਸ ਹੁੰਦੀ ਹੈ, ਸਰ ਅਸੀਂ ਕੋਈ ਸੇਵਾ ਹੋਵੇ ਤੁਹਾਡੇ ਪ੍ਰਤੀ। ਬੱਚੇ ਇੱਥੋਂ ਦੀ ਸਾਫ਼ ਸਫਾਈ ਦਾ ਵੀ ਪੂਰਾ ਧਿਆਨ ਰੱਖਦੇ, ਕੋਈ ਤਿਨਕਾ ਤੱਕ ਵੀ ਡਿੱਗਣ ਨਹੀਂ ਦਿੰਦੇ, ਉਹ ਆਪ ਹੱਥੀਂ ਚੱਕ ਦਿੰਦੇ ਨੇ। ਦੂਸਰਾ ਫਿਰ ਜਦੋਂ ਅਸੀਂ ਮੈਂ ਲਿਖਦਾ ਉਹਨੂੰ, ਅਤੇ ਲਿਖਦੇ ਹੋਏ ਵੀ ਕੋਈ ਚੀਜ਼ ਕੋਈ ਗਲਤ ਨਾ ਹੋਵੇ ਤਾਂ ਪੂਰਾ ਧਿਆਨ ਰੱਖਣਾ ਪੈਂਦਾ ਮੈਨੂੰ ਆਪ ਲਿਖਦੇ ਹੋਏ, ਆਪ ਹੌਲੀ ਹੌਲੀ ਕਰਕੇ ਮੈਂ ਲਿਖ ਰਿਹਾ ਹੁੰਦਾ, ਅਤੇ ਜੇ ਕੋਈ ਗਲਤੀ ਹੋ ਵੀ ਜਾਵੇ ਜੀ ਫਿਰ ਉਹਨੂੰ ਪਹਿਲਾਂ ਤਾਂ ਛੇਦ ਦਿੰਦੇ ਹੁੰਦੇ ਸੀ ਪੁਰਾਤਨ ਸਮੇਂ ਦੇ ਵਿੱਚ, ਵੀ ਪੀਲੇ ਰੰਗ ਦਾ ਰੰਗ ਲਾ ਕੇ ਛੇਦ ਦਿੰਦੇ ਹੁੰਦੇ ਸੀਗੇ। ਹੁਣ ਮਤਲਬ ਨਵੇਂ ਯੁੱਗ ਦਾ ਟਾਈਮ ਆ ਵੀ ਜਿਹੜੀ ਉਹ ਸ਼ਾਹੀ ਆ ਉਹ ਇੱਕ ਕੈਮੀਕਲ ਐਸਾ ਜਿਹਾ ਹੁੰਦਾ ਹੈ ਵੀ ਉਹਦੇ ਨਾਲ ਮਤਲਬ ਆਪਾਂ ਉਹਨੂੰ ਮਿਟਾ ਸਕਦੇ ਹਾਂ, ਉਹਨੂੰ ਮਿਟ ਕੇ ਅਤੇ ਆਪਾਂ ਬਿਲਕੁਲ ਸਾਫ਼ ਕਰਕੇ ਉੱਦਾਂ ਹੀ ਲਿਖ ਸਕਦੇ ਹਾਂ। ਅੱਛਾ, ਹਾਂਜੀ। ਅਤੇ ਕਿੰਨਾ ਖਰਚਾ ਆਜੂਗਾ ਸਾਰਾ ਇਸ ਕੰਮ 'ਤੇ? ਤਕਰੀਬਨ ਸ਼ਾਹੀ ਦੇ ਉੱਤੇ 2.5 ਲੱਖ ਰੁਪਏ ਦਾ ਖਰਚਾ ਆਜੂਗਾ, ਅਤੇ ਦੂਸਰਾ ਜਿਹੜਾ ਸਰੂਪ ਦੇ ਉੱਤੇ ਸੋਨੇ ਦੀ ਜਲਤ ਦਾ ਲਾਵਾਂਗੇ ਉਹ ਮਤਲਬ ਕਮ ਤੋਂ ਕਮ 10 ਕੁ ਲੱਖ ਰੁਪਏ ਦਾ ਅਸੀਂ ਖਰਚਾ ਮੰਨ ਰਹੇ ਹਾਂ। ਪਰ ਸੰਗਤ ਇਹ ਵੀ ਕਹਿੰਦੀ ਹੈ ਵੀ ਇਹ ਸਭ ਦਿਖਾਵੇ ਦੀ ਗੱਲ ਹੈ, ਗੁਰੂ ਸਾਹਿਬ ਨੂੰ
ਇਹਨਾਂ ਚੀਜ਼ਾਂ ਦੀ ਕੀ ਲੋੜ ਹੈ? ਨਹੀਂ, ਇਹ ਕੋਈ ਗੁਰੂ ਸਾਹਿਬ ਨੂੰ ਕੋਈ ਸੋਨੇ ਦੇ ਵਿੱਚ ਮੜਾਇਆ ਨਹੀਂ ਜਾ ਰਿਹਾ, ਇਹ ਤਾਂ ਢੰਗ ਹੈ ਕਿ ਵੀ ਜਿਹੜਾ ਉਹ ਕਾਗਜ਼ ਹੈ ਉਹਨੂੰ ਕਿੱਦਾਂ ਸੇਫ ਰੱਖਿਆ ਜਾਵੇ ਜ਼ਿਆਦਾ ਸਮੇਂ ਤੱਕ। ਕਿਉਂਕਿ ਇੱਕ ਪਹਿਲੀ ਗੱਲ ਤਾਂ ਮੈਂ ਇਹ ਦੱਸਾਂ ਸੰਗਤ ਨੂੰ, ਬਹੁਤ ਸਾਰੇ ਲੋਕਾਂ ਨੇ ਇਹ ਵੀ ਕਿਹਾ ਵੀ ਪਹਿਲਾਂ ਇਹ ਮੰਦਰ ਗੁਰਦੁਆਰਾ ਸਾਹਿਬ ਸੋਨੇ ਦੇ ਬਣਾ ਲਏ, ਹੁਣ ਗੁਰੂ ਸੋਨੇ ਦਾ ਬਣਾਉਣ ਲੱਗੇ ਨੇ, ਪਰ ਗੁਰੂ ਸੋਨੇ ਦਾ ਨਹੀਂ ਬਣ ਰਿਹਾ। ਸੰਗਤ ਨੂੰ ਬੇਨਤੀ ਇਹੀ ਕਰਨਾ ਚਾਹੁੰਦਾ ਵੀ ਅਸੀਂ ਗੁਰੂ ਸੋਨੇ ਦਾ ਇੱਕ ਕਿਤਾਬ ਕਹਿੰਦੇ ਨੇ, ਉਹ ਕਈਆਂ ਨੇ ਕਿਤਾਬ ਕਿਹਾ ਵੀ ਤੁਸੀਂ ਹੁਣ ਕਿਤਾਬ ਸੋਨੇ ਦੀ ਬਣਾ ਰਹੇ ਹੋ, ਅਸੀਂ ਕਿਤਾਬ ਨਹੀਂ ਮੰਨ ਰਹੇ, ਅਸੀਂ ਇੱਕ ਗੁਰੂ ਮੰਨ ਰਹੇ ਹਾਂ ਜਿਹਨੂੰ ਹਾਜ਼ਰ ਨਾਜ਼ਰ ਗੁਰੂ ਕਹਿੰਦੇ ਹਾਂ ਅਸੀਂ। ਅਸੀਂ ਤਾਂ ਕਰਕੇ ਗੁਰੂ ਸਾਹਿਬ ਦੀ ਸੇਵਾ ਕਰਦੇ ਹਾਂ ਵੀ ਅਸੀਂ ਹਾਜ਼ਰ ਨਾਜ਼ਰ ਉਹਨਾਂ ਨੂੰ ਗੁਰੂ ਮੰਨਦੇ ਹਾਂ। ਗੁਰੂ ਮੰਨਣ ਦੇ ਨਾਲ ਨਾਲ ਉਹਨਾਂ ਨੇ ਆਪਣੇ ਬੱਚੇ ਤੱਕ ਵਾਰ ਦਿੱਤੇ, ਸਾਰਾ ਕੁਛ ਵਾਰ ਦਿੱਤਾ, ਅਤੇ ਅਸੀਂ ਉਹਨਾਂ ਦੀ ਇੰਨੀ ਸੇਵਾ ਨਹੀਂ ਕਰ ਸਕਦੇ। ਇਹ ਜ਼ਰੂਰੀ ਹੈ ਵੀ, ਪਰ ਸੰਗਤ ਦੇ ਵਿੱਚ ਮੈਂ ਬੇਨਤੀ ਕਰਨਾ ਚਾਹੂੰਗਾ ਵੀ ਸੰਗਤ ਕਿਰਪਾ ਕਰਕੇ ਇੱਦਾਂ ਇਹਨੂੰ ਮਤਲਬ ਇੱਕ ਦਿਖਾਵੇ ਦੀ ਚੀਜ਼ ਨਾ ਸਮਝੇ, ਕਿਉਂਕਿ ਸਾਡੇ ਕੋਲ ਇੱਕ ਇਤਿਹਾਸ ਹੈ ਗੁਰਬਾਣੀ। ਤੁਹਾਨੂੰ ਪਤਾ ਹੈ ਵੀ ਜਦੋਂ 84 ਦਾ ਟਾਈਮ ਸੀ ਜਾਂ 47 ਦਾ ਟਾਈਮ ਸੀ, ਸਾਡੇ ਬਹੁਤ ਸਾਰੇ ਗ੍ਰੰਥ ਸਾੜੇ ਗਏ ਨੇ, ਸਾਡੇ ਇਤਿਹਾਸ ਖਤਮ ਹੋ ਗਿਆ। ਅਤੇ ਹੁਣ ਸੰਗਤ ਦੇ ਵਿੱਚ ਬੇਨਤੀ ਕਰਦਾ ਵੀ ਜੇ ਸਾਡੇ ਨੌਜਵਾਨ ਇਸ ਗੁਰੂ ਗ੍ਰੰਥ ਸਾਹਿਬ ਦਾ ਇੱਦਾਂ ਦਾ ਇਤਿਹਾਸ ਬਣਦਾ ਬਣਾ ਸਕਣ, ਤਾਂ ਕਿਉਂ ਨਾ ਸਾਡੀ ਰਹਿੰਦੀ ਦੁਨੀਆ ਤੱਕ ਇਤਿਹਾਸ ਕਾਇਮ ਰਹੇ। ਅਤੇ ਇਹੀ ਬੇਨਤੀ ਮੈਂ ਕਰਨੀ ਹੈ। ਚਲੋ, 10 ਲੱਖ ਦੀ ਜਿਲਤ ਹੋ ਗਈ ਸੋਨੇ ਦੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਲਿਖਣੀ ਹੈ, 2 ਕੁ ਲੱਖ ਤੁਸੀਂ ਖਰਚਾ, ਅਤੇ 12-13 ਕੁ ਲੱਖ ਰੁਪਇਆ ਲਾ ਲਓ ਤੁਸੀਂ, ਫਿਰ ਇੰਨੀ ਪੈਸੇ ਦੀ ਕਿੱਥੋਂ ਐਡਜਸਟਮੈਂਟ ਕਰਦੇ ਹਾਂ? ਫਿਲਹਾਲ ਤਾਂ ਜੀ ਦੇਖੋ, ਮੈਂ ਪਹਿਲਾਂ ਮਤਲਬ ਮਲਵਈ ਗਿੱਧੇ ਨਾਲ ਜਾਂਦਾ ਹੁੰਦਾ ਸੀ, ਚਲੋ ਹੁਣ ਜਾਣ ਕਰਕੇ, ਕਿਉਂਕਿ ਸਿੱਖ ਸੰਗਤ ਦੇ ਵਿੱਚ ਬਹੁਤ ਸਾਰੇ ਰੋਸ਼ ਵੀ ਪੈਦਾ ਹੋ ਸਕਦੇ ਆ, ਕਈਆਂ ਨੇ ਮੈਨੂੰ ਕਹਿ ਵੀ ਦਿੱਤਾ ਮੇਰੇ ਵੀਰ, ਅਸੀਂ ਸੱਚ ਦੇ ਆਸ਼ਿਕ ਨਾਮ ਦੀ ਇੱਕ ਟੀਮ ਬਣਾਈ ਵੀ ਅਸੀਂ, ਉਹਦੇ ਵਿੱਚ ਸਾਰਾ ਕੰਮ ਕਰਦੇ ਹਾਂ, ਸੌਂਗ ਵਗੈਰਾ ਵੀ ਉੱਦਾਂ ਦੇ, ਧਾਰਮਿਕ ਫਿਲਮਾਂ ਦਿਖਾਉਣੀਆਂ, ਸਾਰਾ ਵੀ ਘਰੋਂ ਆਪਣੇ ਲੰਗਰ ਵੀ ਚੱਲਦਾ, ਪ੍ਰਸ਼ਾਦਾ ਪਾਣੀ ਸਾਰਾ ਕੁਛ, ਗਰੀਬਾਂ ਦੀ ਸਹਾਇਤਾ ਕਰਨ ਦਾ ਜੋ ਵੀ। ਅਤੇ ਉਹਨਾਂ ਵੀਰਾਂ ਨੇ ਮੈਨੂੰ ਕਿਹਾ ਵੀਰ, ਆਪਾਂ ਜੋ ਪਹਿਲਾਂ ਤਾਂ ਤੁਸੀਂ ਜੋ ਕੁਛ ਮਰਜ਼ੀ ਕਰਦੇ ਸੀ, ਪਰ ਹੁਣ ਤੁਸੀਂ ਸੰਗਤ ਦੀ ਨਿਗਾਹ ਦੇ ਵਿੱਚ ਚੜ੍ਹ ਚੁੱਕੇ ਹੋ, ਅਤੇ ਉਹ ਸੰਗਤ ਇਸ ਚੀਜ਼ ਦਾ ਬੁਰਾ ਮਨਾਊਗੀ ਵੀ ਤੁਸੀਂ ਹੁਣ ਆਪ ਤਾਂ ਲੱਚਰਤਾ ਦੇ ਨਾਲ ਤੁਰੇ ਫਿਰਦੇ ਹੋ, ਪਰ ਜਿੰਨਾ ਵੀ ਮੈਂ ਗਿਆ ਵੀ ਜੋ ਵੀ ਕੰਮ ਕੀਤਾ ਮੈਂ ਸਿਰਫ ਗੁਰੂ ਸਾਹਿਬ ਦੇ ਉੱਤੇ ਸੇਵਾ ਦੇ ਉੱਤੇ ਲਾਏ ਨੇ। ਅਤੇ ਹੁਣ ਪਹਿਲਾਂ ਤਾਂ ਮੈਂ ਉੱਥੋਂ ਲਾਉਂਦਾ ਸੀ, ਚਲੋ ਹੁਣ ਮੇਰੇ ਕੋਲ ਕੋਈ ਉਪਰਾਲਾ ਨਹੀਂ, ਗੁਰੂ ਸਾਹਿਬ ਆਪ ਕਿਰਪਾ ਕਰਨਗੇ, ਮੈਂ ਕੀਰਤਨ ਵੀ ਕਰਦਾ, ਅਤੇ ਚਲੋ ਗੁਰੂ ਸਾਹਿਬ ਕਿਰਪਾ ਕਰਨ ਵੀ ਮੈਨੂੰ ਇੱਦਾਂ ਦੀ ਸੇਵਾ ਵੀ ਬਖਸ਼ਣ, ਕੀਰਤਨ ਦੀ ਸੰਗਤ ਦੇ ਅੱਗੇ ਵੀ ਪੁਕਾਰ ਹੈ ਵੀ ਸੇਵਾ, ਕੀਰਤਨ ਦੀ ਸੇਵਾ ਬਖਸ਼ਣ, ਤਾਂ ਜੋ ਅਸੀਂ ਗੁਰੂ ਸਾਹਿਬ ਦੀ ਸੇਵਾ ਵੱਧ ਚੜ੍ਹ ਕੇ। ਕਿੰਨੇ ਦੀ ਲਿਖਤ ਲਿਖ ਰਹੇ ਹੋ, ਕਿੰਨੇ ਸਮੇਂ ਦੇ ਵਿੱਚ ਕੰਪਲੀਟ ਹੋ ਜਾਏਗੀ? ਜੇ ਅਸੀਂ ਸਮੇਂ ਦਾ ਦੇਖੀਏ ਤਾਂ 2 ਅੰਗ ਲਿਖਦੇ ਹਾਂ ਤਾਂ 2 ਸਾਲਾਂ ਦੇ ਵਿੱਚ ਪੂਰਾ ਹੁੰਦਾ, ਪਰ ਅਸੀਂ 3 ਸਾਲਾਂ ਦਾ ਸਮਾਂ ਰੱਖਿਆ ਵੀ 3 ਸਾਲਾਂ ਦੇ ਵਿੱਚ ਗੁਰੂ ਸਾਹਿਬ ਜੀ ਦੀ ਸੇਵਾ ਜਿਹੜੀ ਹੈ ਉਹ ਸੰਪੂਰਨ ਹੋ ਜਾਏਗੀ ਜੀ। ਹਾਂਜੀ, ਅਤੇ ਸੋਨਾ ਕਿੰਨਾ ਕੁ ਯੂਜ਼ ਹੋ ਜਾਏਗਾ ਫਿਰ, ਸੋਨਾ ਤੁਸੀਂ ਕਿੱਥੋਂ ਲੈ ਕੇ ਆਉਂਗੇ ਇੰਨਾ? ਇਹ ਸੋਨਾ ਮਤਲਬ ਹਰ ਰੋਜ਼ ਲੈਣਾ ਪੈਂਦਾ, ਜਿਵੇਂ ਹਫ਼ਤੇ ਦੇ ਵਿੱਚ ਇੱਕ ਵਾਰੀ ਲੈਣਾ ਪੈਂਦਾ ਰੱਤੀ ਰੱਤੀ ਸੁਨਾਰ ਤੋਂ। ਅੱਛਾ, ਅਤੇ ਉਹ ਰੱਤੀ ਰੱਤੀ ਅਸੀਂ ਇਕੱਠਾ ਨਹੀਂ ਲੈ ਕੇ ਆਉਂਦੇ, ਇਕੱਠਾ ਤਾਂ ਖਰਾਬ ਹੋਣ ਵਾਲੀ ਗੱਲ ਹੋ ਜਾਂਦੀ ਹੈ ਵੀ ਡਿੱਗ ਵੀ ਪੈਂਦਾ ਰੱਤੀ, ਇੰਨਾ ਕੁ ਨਿੱਕਾ ਜਿਹਾ ਹੁੰਦਾ ਕਿਤੇ ਗਵਾਚ ਜਾਵੇ, ਉਦਣ ਦੀ ਉਦਣ ਮੈਂ ਲਿਆਉਂਦਾ ਸੋਨਾ ਅਤੇ ਉਹ ਰਗੜਾਈ ਕਰਨੀ ਸ਼ੁਰੂ ਕਰ ਦਿੰਦੇ ਹਾਂ। ਅੱਛਾ, ਹਾਂਜੀ, ਅਤੇ ਹੋਰ ਕੌਣ ਆਸ ਪਾਸ ਦੇ ਕੋਈ ਲੋਕ ਆਉਂਦੇ ਹੋਣਗੇ ਦੇਖਣ, ਉਹਨਾਂ ਦਾ ਕੀ ਰਿਵਾਰਡ ਹੁੰਦਾ ਤੁਹਾਨੂੰ ਦੇਖ ਕੇ ਵੀ ਮਨਕੀਰਤ ਬਹੁਤ ਵਧੀਆ ਕੰਮ ਕਰ ਰਹੀ ਹੋ, ਜਾਂ ਇਸ ਤਰ੍ਹਾਂ ਕੁਛ ਕਹਿੰਦੇ ਆ? ਹਾਂਜੀ, ਹਾਲੇ ਤੱਕ ਤਾਂ ਬਹੁਤ ਵਧੀਆ, ਮਤਲਬ ਸਾਡੇ ਨਗਰ ਦੇ ਵਿੱਚ ਪਿੰਡ ਭਗਤਾ ਭਾਈਕਾ ਦੇ ਵਿੱਚ ਕੱਲ੍ਹ ਮੈਨੂੰ ਸਨਮਾਨਿਤ ਵੀ ਕੀਤਾ ਗਿਆ, ਸਾਡਾ ਨਗਰ ਕੁਛ ਬੰਦੇ ਜਿਹੜੇ ਬਹੁਤ ਵਧੀਆ ਮੇਰੀ ਸਹਾਇਤਾ ਦੇ ਰਹੇ ਨੇ। ਅਤੇ ਬਾਕੀ ਆਸੇ ਪਾਸੇ ਦੇ ਦੇਖੋ, ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਗੁਰੂ ਸਾਹਿਬ ਦੇ ਬਾਰੇ ਉਹ ਵੀ ਬੜੇ ਖੁਸ਼ ਨੇ, ਜਿਨ੍ਹਾਂ ਨੂੰ ਸਿੱਖੀ ਦੇ ਨਾਲ ਵੀ ਨਹੀਂ ਜੁੜੇ ਹੋਏ ਉਹ ਵੀ ਬੜੇ ਖੁਸ਼ ਨੇ ਵੀ ਮੈਂ ਉਪਰਾਲਾ ਕਰ ਰਿਹਾ। ਬਹੁਤ ਸੁਚਮ ਰੱਖਣੀ ਪੈਂਦੀ ਆ, ਬਹੁਤ ਇੱਕ ਇੱਕ ਅੱਖਰ ਦਾ ਧਿਆਨ ਰੱਖਣਾ ਪੈਂਦਾ ਇਸ ਦੀ। ਫਿਰ ਤੁਸੀਂ ਕੋਈ ਕਿਸੇ ਮਾਹਿਰ ਤੋਂ ਜਾਂ ਕਿਸੇ ਹੋਰ ਜਿਸ ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਪੂਰਾ ਗਿਆਨ ਆ, ਉਹਨਾਂ ਦੀ ਮਦਦ ਲੈਂਦੇ ਹੋ ਫਿਰ? ਹਾਂਜੀ, ਜਦੋਂ ਜਦੋਂ ਮੈਨੂੰ ਲੋੜ ਪੈਂਦੀ ਹੈ
ਅਤੇ ਸਾਡੇ ਜਿਹੜੇ ਕੋਈ ਸਿੱਖ ਪੰਥਕ ਜਿਹੜੇ ਕਥਾਵਾਚਕ ਨੇ ਵਿਦਵਾਨ ਨੇ ਉਹਨਾਂ ਨੂੰ ਮੈਂ ਫੋਨ ਕਰਕੇ ਪੁੱਛ ਲੈਂਦਾ ਹੁੰਦਾ, ਜਾਂ ਕੋਈ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਕੋਈ ਗੁੱਝਾ ਭੇਦ ਪੁੱਛਣਾ ਹੋਵੇ ਤਾਂ ਪ੍ਰੋਫੈਸਰਾਂ ਨੂੰ ਜਿਵੇਂ ਡਾਕਟਰ ਅਮਨੀਕ ਸਿੰਘ ਜੀ ਹੋ ਗਏ, ਉਹਨਾਂ ਨੂੰ ਪੁੱਛ ਲੈਂਦਾ ਹੁੰਦਾ, ਉਹਨਾਂ ਨੇ ਅੱਗੇ ਵੀ ਮੈਨੂੰ ਜਿੰਨਾ ਵੀ ਸ਼ਾਹੀ ਬਣਾਉਣ ਦਾ ਢੰਗ, ਕਾਗਜ਼ ਦਾ ਪਤਾ ਜਾਂ ਅੱਖਰਾਂ ਦੀ ਬਣਤਰ ਜਾਂ ਗੁਰੂ ਸਾਹਿਬ ਦੇ ਹੋਰ ਬਹੁਤ ਸਾਰੇ ਜਿਹੜੇ ਗੱਲਾਂ ਮੈਨੂੰ ਗੁਰੂ ਸਾਹਿਬ ਬਾਰੇ ਉਹਨਾਂ ਨੇ ਦੱਸੀਆਂ, ਉਹਨਾਂ ਨੂੰ ਪੁੱਛ ਲੈਣਾ। ਗਲੈਕਸੀ ਸੀਟ ਕਹਿ ਦਿੰਦੇ ਆ ਜੀ, ਇਹ ਮਤਲਬ 170 ਗ੍ਰਾਮ ਦੀ ਹੈ। ਆਮ ਤਾਂ ਅਸੀਂ 90 ਗ੍ਰਾਮ ਜਾਂ 70 ਗ੍ਰਾਮ ਦੇ ਕਾਗਜ਼ ਵਰਤਦੇ ਹਾਂ। ਇਹ ਮਤਲਬ ਸਭ ਤੋਂ ਕੁਆਲਿਟੀ ਵਾਲੀ ਜਿਹਨੂੰ ਕਹਿ ਸਕਦੇ ਹਾਂ ਵੀ ਆਪਾਂ ਸੀਟ ਵਰਤ ਰਹੇ ਹਾਂ। ਅਤੇ ਕਿੰਨਾ ਜਿਹੜਾ ਇਹ ਸਮਾਂ, ਕਿਉਂਕਿ ਇਹ ਕਾਗਜ਼ ਸਮਾਂ ਕਾਫੀ ਘੱਟਦਾ ਗਾ ਸੋਨੇ ਦੀ ਜਲਤ ਕਰਕੇ। ਸੋਨਾ ਤਾਂ ਆਤੀ ਇਹੋ ਜਿਹੇ ਜਿਹੜੇ ਵੀ ਕਾਗਜ਼ ਨੂੰ ਸਾਂਭ ਕੇ ਰੱਖ ਸਕਦਾ, ਅਤੇ ਵੀ ਜੇ ਅਸੀਂ ਸੋਚੀਏ ਤਾਂ ਇਹ ਮਤਲਬ ਵੀ 400 ਸਾਲ ਕਰੀਬ ਮਤਲਬ ਰਹਿ ਸਕਦਾ, 400 ਤੋਂ ਵੀ ਵੱਧ ਰਹਿ ਸਕਦਾ, ਕਿਉਂਕਿ ਬਾਬਾ ਦੀਪ ਸਿੰਘ ਜੀ ਵਾਲਾ ਸਰੂਪ ਹਾਲੇ ਤੱਕ ਹੈ, ਕਿਉਂਕਿ ਹੁਣ ਤਾਂ ਹੋਰ ਬਹੁਤ ਸਾਰੀਆਂ ਸਹੂਲਤਾਂ ਆ ਚੁੱਕੀਆਂ ਨੇ ਵੀ ਕਾਗਜ਼ ਨੂੰ ਸਾਂਭ ਕੇ ਰੱਖਣ ਦੀਆਂ। ਅਤੇ ਮਹਾਰਾਜ ਦੇ ਜਿਹੜੇ ਅੰਗ ਨੇ ਉਹ ਹੁਣ ਹੋ ਸਕਦਾ ਵੀ ਉਹ ਵੱਧ ਸਾਲ ਕੱਟ ਸਕਣ। ਅੱਛਾ, ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਮੈਂਬਰ ਤੁਹਾਡੇ ਕੋਲ ਆਏ ਹੈ ਕੋਈ ਦੇਖਣ ਤੁਹਾਡਾ ਵੀ ਤੁਸੀਂ ਕਿੱਦਾਂ ਲਿਖ ਰਹੇ ਹੋ, ਕਿਉਂਕਿ ਕਈ ਵਾਰੀ ਇਤਰਾਜ਼ ਹੁੰਦਾ ਹੈ ਬੰਦਾ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ, ਕੋਈ ਇਸ ਤਰ੍ਹਾਂ ਕੋਈ ਆਏ ਹੋਣ ਜਾਂ ਤੁਹਾਨੂੰ ਹੌਸਲਾ ਅਫਜਾਈ ਕੀਤੀ ਹੋਵੇ ਉਹਨਾਂ ਨੇ ਆ ਕੇ ਬਹੁਤ ਵਧੀਆ ਕੰਮ ਕਰ ਰਹੇ ਹੋ ਜਾਂ ਸਾਡੀ ਜ਼ਰੂਰਤ ਪਵੇ ਤਾਂ ਅਸੀਂ ਤੇਰੇ ਨਾਲ ਹੈ ਇਸ ਤਰ੍ਹਾਂ ਕੋਈ? ਹਾਲੇ ਤਾਂ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਕੋਈ ਨਹੀਂ ਆਇਆ ਮੇਰੇ ਕੋਲ, ਪਰ ਮੈਂ ਸਿੰਘ ਸਾਹਿਬ ਕੋਲ ਗਿਆ ਸੀਗਾ, ਸਿੰਘ ਸਾਹਿਬ ਨੇ ਮਤਲਬ ਉਹ ਮੈਨੂੰ ਬਹੁਤ ਹੌਸਲਾ ਵਧਾਈ ਦਿੱਤੀ ਹੈ, ਉਹਨਾਂ ਨੇ ਮਤਲਬ ਉਹਨਾਂ ਤੋਂ ਆਗਿਆ ਲੈ ਕੇ ਹੀ ਮੈਂ ਸ਼ੁਰੂ ਕੀਤਾ, ਉਹਨਾਂ ਨੇ ਬੜਾ ਮੈਨੂੰ ਪ੍ਰੇਰਿਤ ਵੀ ਕੀਤਾ ਵੀ ਬਹੁਤ ਵਧੀਆ ਕੰਮ ਕਰ ਰਹੇ ਹੋ। ਅਤੇ ਬਸ ਹੋਰ ਕੋਈ ਮੇਰੇ ਕੋਲ ਹਾਲੇ ਤੱਕ ਸ਼੍ਰੋਮਣੀ ਪ੍ਰਬੰਧਕ ਕਮੇਟੀ ਦਾ ਆਇਆ ਨਹੀਂ ਹੈ। ਕੋਈ ਅਪੀਲ ਹੈ ਕਿਸੇ ਇਸ ਦੇ ਸੰਬੰਧ ਵਿੱਚ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਸੋਨੇ ਦੀ ਲਿਖਤ ਨਾਲ ਲਿਖ ਰਹੇ ਹੋ, ਕੋਈ ਅਪੀਲ ਕਰਨੀ ਚਾਹੋਗੇ ਲੋਕਾਂ? ਮੈਂ ਅਪੀਲ ਤਾਂ ਇਹੀ ਕਰਨਾ ਚਾਹੂੰਗਾ ਸਾਰੇ ਨੌਜਵਾਨਾਂ ਨੂੰ ਵੀ ਕਿਰਪਾ ਕਰਕੇ ਸਾਡੇ ਦੇਸ਼ ਦੇ ਵਿੱਚੋਂ ਜਿਹੜਾ ਨਸ਼ੇ ਦੇ ਮਤਲਬ ਦਰਿਆ ਵਗ ਰਿਹਾ ਪੰਜਾਬ ਦੇ ਵਿੱਚ, ਕਹਿੰਦੇ ਦਰਿਆ ਵਗ ਰਿਹਾ ਇਹਨੂੰ ਖਤਮ ਕਰਨ ਵਾਸਤੇ, ਜੇ ਸਾਡਾ ਸਿੱਖ ਨੌਜਵਾਨ ਕਿਸੇ ਚੰਗੇ ਪਾਸੇ ਕੋਈ ਇਤਿਹਾਸ ਕਾਇਮ ਕਰਨ ਪਿੱਛੇ ਲੱਗ ਜਾਵੇ ਤਾਂ ਅਸੀਂ ਇਹ ਕਰ ਸਕਦੇ ਹਾਂ, ਬਹੁਤ ਵੱਡਾ ਉਪਰਾਲਾ ਕਰ ਸਕਦੇ ਹਾਂ। ਅਤੇ ਦੂਸਰਾ ਫਿਰ ਇਹ ਹੈ ਵੀ ਇੱਕ ਅਪੀਲ ਇਹ ਹੈ ਵੀ ਸਿੱਖ ਸੰਗਤ ਕਿਰਪਾ ਕਰਕੇ ਵੀ ਜੇ ਗੁਰੂ ਸਾਹਿਬ ਦੀ ਸੇਵਾ ਅਸੀਂ ਇੰਨੇ ਦਿਲੋਂ ਕਰੀਏ ਤਾਂ ਕਿ ਅਸੀਂ ਜੋ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦਾ ਦਿਨ ਚੱਲ ਰਹੇ ਆ, ਮੇਰੇ ਵੀਰਾਂ ਨੂੰ ਮੈਂ ਅਪੀਲ ਕਰਨਾ ਚਾਹੂੰਗਾ ਨੌਜਵਾਨ ਵੀਰਾਂ ਨੂੰ ਵੀ ਜਿਹੜੇ ਵੀਰ ਅੱਜ ਵੀ ਜਿਹੜੇ ਫਤਿਹਗੜ੍ਹ ਸਾਹਿਬ ਜਾਂਦੇ ਆ ਟਰੈਕਟਰਾਂ ਦੇ ਉੱਤੇ, ਉਹਨਾਂ ਨੇ ਲਾਏ ਹੁੰਦੇ ਆ ਸਪੀਕਰ ਵਗੈਰਾ, ਅਤੇ ਮੈਂ ਬੇਨਤੀ ਕਰਨਾ ਚਾਹੂੰਗਾ, ਇਹ ਅਪੀਲ ਕਰਨਾ ਚਾਹੂੰਗਾ ਵੀ ਜੇ ਗੁਰੂ ਸਾਹਿਬ ਸਾਡੇ ਉੱਤੇ ਪਰਿਵਾਰ ਵਾਰ ਕੇ ਗਏ ਨੇ ਨਾ, ਜੇ ਸਾਡਾ ਵੀਰ ਸਾਡੇ ਘਰ ਵਿਹੜੇ ਦੇ ਵਿੱਚ ਪਿਆ ਤਾਂ ਅਸੀਂ ਟਰੈਕਟਰਾਂ ਦੇ ਉੱਤੇ ਗਾਣੇ ਨਹੀਂ ਲਾ ਸਕਦੇ। ਅਤੇ ਕਿਰਪਾ ਕਰਕੇ ਮੈਂ ਅਪੀਲ ਕਰਨਾ ਚਾਹੂੰਗਾ ਸਿੱਖ ਸੰਗਤ ਨੂੰ ਵੀ ਇਹ ਵੀ ਬੇਨਤੀ ਹੈ ਵੀ ਜਿੰਨੇ ਮੇਰੇ ਵੀਰ ਨੇ ਜਿਹੜੇ ਸਿੱਖੀ ਤੋਂ ਮੁਨਕਰ ਨੇ, ਅਤੇ ਕਿਰਪਾ ਕਰਕੇ ਉਹ ਸਿੱਖੀ ਨਾਲ ਜੁੜੋ। ਹਾਂ, ਮੈਂ ਮੰਨਦਾ ਵੀ ਦਿਲੋਂ ਸਿੱਖੀ ਹੋਣੀ ਚਾਹੀਦੀ ਹੈ, ਪਰ ਬਾਹਰੋਂ ਵੀ ਸਿੱਖੀ ਕਾਇਮ ਹੋਣੀ ਚਾਹੀਦੀ ਹੈ, ਇੰਨੀ ਕੁ ਮੈਂ ਅਪੀਲ ਕਰਨਾ ਚਾਹੂੰਗਾ। ਇੱਕ ਜਿਹੜੇ ਵਿਸ਼ੇਸ਼ ਪੰਖ ਤੁਸੀਂ ਯੂਜ਼ ਕੀਤੇ ਆ, ਇਹ ਕਿਵੇਂ ਹੈਗੇ, ਕਿਉਂ ਕਿਹਦੇ ਹੈਗੇ ਪੰਖ ਹੈ ਜਿਹੜੇ? ਮੈਂ ਇਹ ਤਾਂ ਕੁਛ ਤਾਂ ਮੋਰ ਦੇ ਹੈ, ਕੁਛ ਬੱਤਕ ਦੇ ਹੈ, ਇਹ ਆਪ ਤਿਆਰ ਕੀਤੀਆਂ ਸਾਰੀਆਂ ਕਲਮਾਂ। ਅੱਛਾ, ਆਪ ਤਿਆਰ ਕਰਕੇ ਇਹਨਾਂ ਨੂੰ ਮਤਲਬ ਬੜੇ ਪਿਆਰ ਨਾਲ ਬਣਾਈਆਂ ਨੇ, ਅਤੇ ਕਿਉਂਕਿ ਮੈਂ ਕੋਈ ਵੀ ਚੀਜ਼ ਇਹੋ ਜਿਹੀ ਨਹੀਂ ਚਾਹੁੰਦਾ ਸੀਗਾ ਵੀ ਜਿਹੜੀ ਮੈਂ ਆਪ ਨਾਲ ਤਿਆਰ ਕੀਤੀ, ਕਲਮ ਵੀ ਮੈਂ ਇਕੱਲੀ ਆਪ ਤਿਆਰ ਕਰਕੇ ਸਾਰਾ ਕੁਛ ਬਣਾਇਆ। ਅਤੇ ਗੁਰੂ ਸਾਹਿਬ ਦੀ ਸੇਵਾ ਮੈਂ ਪੂਰੇ ਮਨ ਅਤੇ ਇੱਕ ਮਨ ਚਿੱਤ ਹੋ ਕੇ ਕਰ ਰਿਹਾ, ਗੁਰੂ ਸਾਹਿਬ ਕਿਰਪਾ ਕਰਨ ਆਪਦੀ ਸੇਵਾ ਆਪ ਲੈ ਲੈਣ। ਬਹੁਤ ਬਹੁਤ ਸ਼ੁਕਰੀਆ ਸਮਾਂ ਦੇ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਨੌਜਵਾਨ ਮਨਕੀਰਤ ਸਿੰਘ ਜਿਹੜੇ ਸੋਨੇ ਦੀ ਸਿਆਹੀ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਲਿਖ ਰਹੇ ਨੇ, ਅਤੇ ਇਹਨਾਂ ਦਾ ਕਹਿਣਾ ਕਿ 3 ਕੁ ਸਾਲ ਦੇ ਅੰਦਰ ਜਿਹੜਾ ਇਹ ਜਿਹੜਾ ਪੂਰਾ ਲਿਖਿਆ ਜਾਵੇਗਾ ਗੁਰੂ ਗ੍ਰੰਥ ਸਾਹਿਬ, ਅਤੇ ਪੂਰੀ
ਜਿਹੜੀ ਹੈਗੀ ਆ ਜਿਹੜੀ ਸੁੱਚਮ ਰੱਖ ਰਹੇ ਨੇ, ਕੋਈ ਵੀ ਗਲਤੀ ਤੋਂ ਬਚਾ ਕਰ ਰਹੇ ਨੇ। ਅਤੇ ਇਹਨਾਂ ਦਾ ਕਹਿਣਾ ਕਿ 12,00,000 ਰੁਪਇਆ ਖਰਚਾ ਆ ਜਾਵੇਗਾ। ਅਤੇ ਪੇਛੇ ਵਜੋਂ ਦੱਸ ਦਈਏ ਕਿ ਮਨਕੀਰਤ ਇੱਕ ਮਿਊਜ਼ਿਕ ਦੇ ਅਧਿਆਪਕ ਨੇ। ਗੁਰਪ੍ਰਸਾਦ ਸ਼ਰਮਾ, ਖਿਦਰਾਣਾ ਨਿਊਜ਼, ਭਗਤਾ ਭਾਈਕਾ।